اوز باللہ نستعین بسم اللہ الرحمن الرحیم अस्सलाम वालेकुम वाज़रीन तमाम फैज़े बाहू चैनल नु लाइक کرن والے محبت کرن والے دیکھن والے نو اور نئے aan والے لوکاں نو ویلکم کرنے آ خوش آمدید کہندے ہاں جی آیاں نو کہندے ہیں بسم اللہ کہندے ہیں حضرت سلطان باहू फकीर बाहू कुसुसर अजीज فرماندے نے کہ لفظ فیکا فکر इलम अमल और हिलम ये लफ्ज़ कि ने जड़े तीन हरफा के उत्ते मुश्तमिल ने तीन हरफ जोड़े ने उन्हें मुश्तमिल ने और जड़ा हलीम है ये अल्लाह का नाम है हलीम अल्लाह के नामा चौ नाम है ਆਪ ਫਰਮਾਂਦੇ ਨੇ ਕਿ ਸਾਰਿਆਂ ਨੂੰ ਇੱਕ ਜਗ੍ਹਾ ਤੇ ਜਮ੍ਹਾਂ ਕਰਕੇ ਤੇ ਉਹਦੀ ਇੱਕ ਗੋਲੀ ਬਣਾ ਲੈਣੀ ਚਾਹੀਦੀ। ਉਹਦੀ ਗੋਲੀ ਬਣਾ ਲਓ। ਇਹਨਾਂ ਸਾਰਿਆਂ ਨੂੰ ਜਮ੍ਹਾਂ ਕਰਕੇ ਇੱਕ ਜਗ੍ਹਾ ਤੇ ਇਹਦੀ ਗੋਲੀ ਬਣਾ ਲਓ। ਫਿਰ ਤਰੀਕਤ ਹਕੀਕਤ ਮਾਰਫਤ ਇਸ਼ਕ ਮੁਹੱਬਤ ਇਸ਼ਕ ਮੁਹੱਬਤ ਦੇ ਪਿਆਲੇ ਵਿੱਚ ਆਬ-ਏ-ਸ਼ਰੀਅਤ ਵਿੱਚ ਕੋਲ ਕੇ ਰੱਖ ਲਓ। ਫਿਰ ਤਰੀਕਤ ਹਕੀਕਤ ਮਾਰਫਤ ਇਸ਼ਕ ਔਰ ਮੁਹੱਬਤ ਇਸ਼ਕ ਔਰ ਮੁਹੱਬਤ ਦੇ ਪਿਆਲੇ ਵਿੱਚ ਘੋਲ ਕੇ ਇਹਨੂੰ ਪੀ ਜਾਏ ਫਿਰ ਜੇ ਪੀਣ ਤੋਂ ਬਾਅਦ ਰਾਹ-ਏ-ਫਕਰ ਵਿੱਚ ਕਦਮ ਰੱਖੇ ਉਹ ਸੁਲਤਾਨ ਸਾਹਿਬ ਦਾ ਬੈਤ ਯਾਦ ਆ ਗਿਆ ਕਿ ਸਾਬਤ ਸਿਦਕ ਕਦਮ वगੇਰੇ ਤਾਂ ਹੀ ਰਬ ਲਬੀ ਵੇ ਹੋ ਜਦੋਂ ਇਹਨਾਂ ਨੂੰ ਪੀ ਲੇ ਤੇ ਫਿਰ ਉਹ ਦੁਨੀਆਂ ਜਹਾਨਾ ਨੂੰ ਭੁੱਲ ਜਾਏ ਉਹਦੇ ਜ਼ਿਹਨ ਦੇ ਵਿੱਚ ਸਿਰਫ ਅੱਲਾ ਮਾਸ ਵਾ ਅੱਲਾ ਦੀ ਹਵਸ ਹੋਣੀ ਚਾਹੀਦੀ ਹੈ ਉਹ ਉਸ ਤੋਂ ਲਾਵਾ ਕੁਝ ਨਹੀਂ ਫਿਰ ਉਹ ਇਸਰਾ ਵਲ ਕਦਮ ਰੱਖੇ ਕਿਉਂਕਿ ਇਹ ਰਸਤਾ ਬਹੁਤ ਮੁਸ਼ਕਲ ਹੈ ਜਿਵੇਂ ਬਿਆਤੇ ਬਾਹੂ ਚ ਵਿਆਹ ਕਰਵਾਉਂਦੇ ਨੇ ਕਿ ਰਾਫ ਕਰਦਾ ਮੁਸ਼ਕਲ ਬਾਹੂ ਰਾਫ ਕਰਦਾ ਮੁਸ਼ਕਲ ਬਾਹੂ ਮਾਨ ਸਿਰ ਰਿੱਦਾ ਕਿਉਂਕਿ ਆ ਫਰਮਾਂਦੇ ਨੇ ਕਿ ਹਜ਼ਾਰਾਂ ਲੋਕ ਇਸ ਚੱਕਰ ਵਿੱਚ ਆ ਕੇ ਜਿਹੜੇ ਭਟਕ ਗਏ ਨੇ ਪਰੇਸ਼ਾਨ ਹਾਲ ਹੋ ਗਏ ਨੇ ਔਰ ਇਵਨ ਕਿ ਆਪਣੀ ਜਾਨ ਤੋਂ ਵੀ ਹੱਥ ਤੋਂ ਬੈਠਣ ਆਪਣੀ ਜਾਨ ਤੋਂ ਵੀ ਹੱਥ ਤੋਂ ਬੈਠਣ ਮੈਂ ਅਕਸਰ ਦੋਸਤਾਂ ਨੂੰ ਕਹਿਣਾ ਕਿ ਕਦੀ ਵੀ ਜਿਹੜਾ ਵੀ ਉਹ ਡਿਊਟੀ ਨਾ ਮੰਗੇ ਉਹ ਫਕੀਰੀ ਨਾ ਮੰਗੇ। ਕਿਉਂ ਕਿ ਇਹ ਉਹ ਖਰਾਵੇ ਉਹ ਖਾ ਕੰਮ ਹੈ ਇਹਦੇ 'ਚ ਜਾਨ ਜਾਂਦੀ ਹੈ। ਔਰ ਇਹਦੇ 'ਚ ਉਹੀ ਲੋਕ ਕਾਮਯਾਬ ਨੇ ਜਿਹੜੇ ਧੋਣ ਲਵਾਉਣ ਲਈ ਤਿਆਰ ਨੇ। ਜਿਹੜੇ ਕਰਤਨ ਲਵਾਉਣ ਲਈ ਤਿਆਰ ਨੇ। ਤੇ ਮੁਰਸ਼ਦ ਦੀ ذات ਬੜੀ ਕਮਾਲ ਚੀਜ਼ ਹੁੰਦੀ ਹੈ ਬਹੁਤ ਕਮਾਲ ਇੱਕ ਮਾਲਕ ਨੇ ਇਹ ਰਿਸ਼ਤਾ ਬਣਾਇਆ ਮੁਰਸ਼ਦ ਦਾ ਕਿ ਇਹਦੇ ਬਿਨਾਂ ਕੱਲ ਨਹੀਂ ਬਣਦੀ ਹਦੀਸ ਮੁਬਾਰਕਾ ਕਿ ਜਿਹਦਾ ਮੁਰਸ਼ਦ ਨਹੀਂ ਉਹਨੂੰ ਸ਼ੈਤਾਨ ਫੜ ਲੈਂਦਾ ਤੇ ਮੁਰਸ਼ਦ ਦਾ ਹੋਣਾ ਬਹੁਤ ਜ਼ਰੂਰੀ ਹੈ ਜਦ ਦਾ ਮੁਰਸ਼ਦ ਫੜਿਆ ਬਾਹੂ ਮੇਰੇ ਛੁੱਟੇ ਸਭ ਬਜ਼ਾਬੇ ਹੋ ਮੁਰਸ਼ਦ ਵੀ ਉਹ ਹੋਣਾ ਚਾਹੀਦਾ ਜਿਹੜਾ ਜਿਹਨੂੰ ਰਸਤਿਆਂ ਦਾ ਪਤਾ ਹੋਵੇ ਜਿਹਨੂੰ ਰਾਹਾਂ ਦਾ ਪਤਾ ਹੋਵੇ ਜਿਨ੍ਹਾਂ ਇਹ ਚੀਜ਼ਾਂ ਤੈਅ ਕੀਤੀਆਂ ਹੋਣ ਜਿੰਨੀ ਦੇਰ ਉਹਨੂੰ ਰਸਤੇ ਦਾ ਨਹੀਂ ਪਤਾ ਹੋਏਗਾ ਉਨੀ ਦੇਰ ਉਹ ਤੁਹਾਨੂੰ ਕਿਸੇ ਵੀ ਰਾਹ ਤੇ ਨਹੀਂ ਲੈ ਕੇ ਜਾ ਸਕਦਾ ਕਾਮਲ ਮੁਰਸ਼ਿਦ ਐਸ ਦੌਰ 'ਚ ਲੱਭਣਾ ਔਖਾ ਕੰਮ ਐ ਸੁਲਤਾਨ ਸਾਹਿਬ ਫਰਮਾਉਂਦੇ ਨੇ ਕਿ ਅਗਰ ਕਿਸੇ ਨੂੰ ਕਾਮਲ ਮੁਰਸ਼ਿਦ ਜ਼ਿੰਦਾ ਨਹੀਂ ਮਿਲਦਾ ਤੇ ਸਾਡੇ ਦਰ ਤੇ ਆਜਾ ਸੀ ਉਹਨੂੰ ਜ਼ਿੰਦਾ মুর্ਸ਼ਦ ਤੋਂ ਜ਼ਿਆਦਾ ਫੈਜ਼ ਤਾਂਗੇ ਫੇਰ ਆ ਫਰਮਾਨਦੇ ਕਿ ਜਿਹਨੂੰ ਕਾਮਲ মুর্ਸ਼ਦ ਨਹੀਂ ਮਿਲਦਾ ਸਾਡੀ ਕਿਤਾਬ ਮੁਹੱਬਤ ਨਾਲ ਅਕੀਦਤ ਨਾਲ ਉਹ ਥਾਮ ਲੈ ਤੇ ਅਸੀਂ ਉਹਨੂੰ ਉਹ ਸਾਡੀ ਕਿਤਾਬ ਵੀ ਇੱਕ মুর্ਸ਼ਦ ਦਾ ਜਿਹੜਾ ਕਿ ਉਹ মুর্ਸ਼ਦ ਦੀ ਤਰ੍ਹਾਂ ਰਾਇਬਰੀ ਕਰੇਗੀ ਲੇਕਿਨ ਹੋਵੇ ਸੱਚਾ ਤਾਲਬ ਹਰ ਇੱਕ ਤਾਲਬ ਹਕਬੂਦ ਮਨ ਹਾਜ਼ਰਮ ਜ਼ੈ ਤਦਾ ਤਾ ਇੰਤਹਾਇ ਇਕਦੰਬਰਮ ਤਾਲਬੀਆ 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 ਤਾਰੇ ਸਾਨੂੰ ਰੋਜ਼ੇ ਵਾਲ ਬਾਹੂ ਦਾ ਸੁਲਤਾਨ ਸਾਹਿਬ ਨੇ ਅਲਾਨੀਆਂ ਵੀ ਇਹ ਗੱਲ ਕੀਤੀ ਹੈ ਤੇ ਉਹ ਗੱਲ ਹੈ ਕਿ ਮੈਂ ਅਕਸਰ ਦੋਸਤਾਂ ਨੂੰ ਕਹਿਣਾ ਕਿ ਯਾਰੇ ਖੁਸ਼ੀ ਦੀਆਂ ਵੰਗਾ ਚੜਾਣੀਆਂ ਤੇ ਉਹ ਸੋਖੀਆਂ ਨੇ ਇਹਨਾਂ ਨੂੰ ਛਣਕਾਣਾ ਬੜਾ ਉਖ ਹੈ ਜਦੋਂ ਉਹਦੀ ਮੇਰ ਹੋਏਗੀ ਜਦੋਂ ਉਹਨੇ ਚੁਣਨਾ ਹੁੰਦਾ ਚੁਣ ਲੈਂਦਾ ਤਾਂ ਮਿਹਰਬਾਨੀ ਕਰ ਦਿੰਦਾ ਬਸ ਇਹ ਰਾਮਾ ਤੇ ਚੱਲ ਪੈਂਦੇ ਨੇ ਔਰ ਜਿਹੜਾ ਅਮਲ ਨਹੀਂ ਕਰਦਾ ਜਿਹੜਾ ਬਗੈਰ ਜਿਵੇਂ ਸੁਲਤਾਨ ਸਾਹਿਬ ਫਰਮਾਨ ਦੇ ਕਿ ਇਲਮੁ ਬਾਜ ਕਰੇ ਫਕੀਰੀ ਕਾਫਰ ਮਰੇ دیਵਾਨਾ ਹੋ ਮੀਨ ਕੇ ਇਹਨਾਂ ਇਸ ਰਾਹ ਤੇ ਚੱਲਣਾ ਸੇ ਤਾਨੂੰ ਫਿਰ ਸਭ ਕੁਝ ਕਰਨਾ ਪੈਣਾ ਹੈ ਇਹ ਚੀਜ਼ਾਂ ਨੂੰ ਜਿਹੜੀਆਂ ਪੰਜ ਚੀਜ਼ਾਂ ਦਸੀਆਂ ਨੇ ਜਨਾਬ ਨੇ ਫਕਾ ਫਕਰ ਇਲਮ ਅਮਲ ਔਰ ਹਿਲਮ ਇਹ ਜਿੰਨੀ ਦੇਰ ਘੋਲ ਕੇ ਤੁਸੀਂ ਨਹੀਂ ਪੀਵੋਗੇ ਉਨੀ ਦੇਰ ਗੱਲ ਨਹੀਂ ਬਣਦੀ ਤੇ ਤਾਲਬ ਨੂੰ ਫਰਮਾਨਦੇ ਨੇ ਕਿ ਤਾਲਬ ਵਾਸਤੇ ਇਹ ਚੀਜ਼ ਜ਼ਰੂਰੀ ਹੈ ਤਾਲਬ ਵਾਸਤੇ ਇਹ ਚੀਜ਼ ਜ਼ਰੂਰੀ ਹੈ ਕਿ ਉਹ ਆਪ ਲਸਲਾਤ ਸਲਾਮ ਦੀ ਜ਼ਾਤ ਮੁਬਾਰਕਾਂ ਨਾਲ ਇਸ਼ਕ ਮੁਹੱਬਤ ਨਾਲ ਜੁੜਿਆ ਰਹੇ ਔਰ ਖੁਦਾਵੰਦ ਕਰੀਮ ਦੇ ਨਾਲ ਮਸਤੀ ਦੇ ਆਲਮ ਵਿੱਚ ਰਹੇ ਉਹਨੇ ਦੀ ਮਸਤੀ ਵਿੱਚ ਖੁਆਬ ਔਰ ਬੇਦਾਰੀ ਛੇ ਬਰਕਰਾਰ ਰੋਵੇ ਤੇ ਗੱਲ ਇਹ ਕਿ ਆਪਲੇ ਸਲਾਤੁਸਲਾਮ ਦੀ ਜ਼ਾਤ ਦਾ ਪੋਸ ਜਗਤ ਹੈ ਆਪਣੇ ਜ਼ਿਕਰ ਕੀਤਾ ਵੇ ਕਿ ਉਹਦੀ ਮੁਹੱਬਤ ਉਹਦਾ ਇਸ਼ਕ ਉਹਦੀ ਅਤਾ ਦੇ ਨਾਲ ਤੁਸੀਂ ਕਾਇਮ ਰਹੋ ਜਿਵੇਂ ਆਪ ਫਰਮਾਉਂਦੇ ਨੇ ਕਿ ਸੱਚਾ ਰਾਮ ਮੁਹੰਮਦ ਵਾਲਾ ਸੱਚਾ ਰਾਮ ਮੁਹੰਮਦ ਵਾਲਾ ਜੈ ਵਿੱਚ ਰਬਲ ਵੀ ਵੇ ਹੋ ਤੇ ਸਾਡੀ ਸੋਹਣੀ ਜ਼ਾਤ ਮੁਬਾਰਕਾ ਅੱਲਾ ਰਬਉਲ ਇਜ਼ਤ ਦੀ ਬਾਰਗਾਹ ਦੇ ਵਿੱਚ ਆਪਲੇ ਅਸਲਾਤ ਸੁਲਾਮ ਦੇ ਵਸੀਲੇ ਨਾਲ ਅਸੀਂ ਅਰਜ਼ ਕਰਨੇ ਆ ਕਿ ਸਾਨੂੰ ਇਹਨਾਂ ਗੱਲਾਂ ਨੂੰ ਸਮਝਣ ਦੀ, ਅਮਲ ਕਰਨ ਦੀ ਮਾਲਕ ਤੋਫੀਕ ਦੇ ਔਰ ਹਿਦਾਇਤ ਦੇ ਬੜੀ ਮਿਹਰਬਾਨੀ ਬਹੁਤ ਸ਼ੁਕਰੀਆ ਜਿੰਦੇ ਬਸਤੇ ਰਹਿਓ ਖੁਸ਼ ਰਹੋ ਸਲਾਮਤ ਰਹੋ